ਨਮਸਕਾਰ ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਹੈ ਮਹਿਰਮਾ ਸ਼ੰਕਰ ਪਹਿਲਾ ਪੇਜ ਤੇ 94 ਖਬਰਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਨੁਸਾਰ ਹੁਨਰਮੰਦ ਕਾਰੀਗਰ ਆਤਮਨਿਰਪਰ ਭਾਰਤ ਦੀ ਸੱਚੀ ਭਾਵਨਾ ਦੇ ਪ੍ਰਤੀਕ ਨੇ ਕੇਂਦਰ ਸਰਕਾਰ ਨੇ ਰਾਜ ਸਰਕਾਰਾਂ ਨੂੰ ਟੈਕਸ ਵੰਡ ਦੀ 14ਵੀਂ ਕਿਸ਼ਤ ਵਜੋਂ 140318 ਕਰੋੜ ਰੁਪਏ ਦਿੱਤੇ ਜਾ ਰਹੇ ਪੰਜਾਬ ਨੂੰ 2000 560 ਕਰੋੜ ਰੁਪਏ ਮਿਲੇ ਪੰਜਾਬ ਸਰਕਾਰ ਵੱਲੋਂ ਪੇਸ਼ ਬਜਟ ਦੀ ਸਮਾਜ ਦੇ ਵੱਖ-ਵੱਖ ਵਰਗਾਂ ਦੇ ਲੋਕਾਂ ਨੇ ਕੀਤੀ ਆਲੋਚਨਾ ਅੰਮ੍ਰਿਤਸਰ ਸੈਕਟਰ ਵਿੱਚ ਕਮਾਂਤਰੀ ਸਰਹੱਦ ਤੇ ਸੀਮਾ ਸੁਰੱਖਿਆ ਬਲ ਨੇ ਹੈਰੋਇਨ ਦੇ ਤਿੰਨ ਪੈਕੇਟ ਫੜੇ ਤੇ ਹੁਣ ਖਬਰਾਂ ਦੇ ਸਾਰ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਸਰਕਾਰ ਪਿਛਲੇ ਕੁਝ ਵਰਿਆਂ ਵਿੱਚ ਸਕਿੱਲ ਇੰਡੀਆ ਮਿਸ਼ਨ ਅਤੇ ਕੌਸ਼ਲ ਵਿਕਾਸ ਕੇਂਦਰਾ ਰਾਹੀਂ ਕਰੋੜਾਂ ਨੌਜਵਾਨਾਂ ਦਾ ਹੁਨਰ ਵਧਾਉਣ ਦਾ ਕੰਮ ਕਰ ਰਹੀ ਹੈ ਪੀਐਮ ਵਿਸ਼ਕਰਮਾ ਕੌਸ਼ਲ ਸਨਮਾਨ ਬਾਰੇ ਬਜਟ ਮਗਰੋਂ ਅੱਜ ਇੱਕ ਵੈਬਿਨਾਰ ਨੂੰ ਸੰਬੋਧਿਤ ਕਰਦਿਆਂ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਦੋਹਾਂ ਯੋਜਨਾਵਾਂ ਨਾਲ ਨੌਜਵਾਨਾਂ ਨੂੰ ਦੇਸ਼ ਵਿੱਚ ਰੋਜ਼ਗਾਰ ਦੇ ਕਾਫੀ ਮੌਕੇ ਮਿਲ ਰਹੇ ਨੇ ਪ੍ਰਧਾਨ ਮੰਤਰੀ ਨੇ ਸਕਿੱਲ ਇੰਡੀਆ ਮਿਸ਼ਨ ਦੀ ਵੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਇਸ ਨਾਲ ਕਰੋੜਾਂ ਲੋਕਾਂ ਨੂੰ ਰੋਜ਼ਗਾਰ ਪ੍ਰਦਾਨ ਕੀਤਾ ਗਿਆ ਹੈ बीते वर्षों में हमने स्किल इंडिया मिशन के माध्यम से कौशल विकास केंद्रों के माध्यम से करोड़ों युवाओं की स्किल बढ़ाने उन्हें रो, रोजगार के नए अवसर देने का काम किया है कौशल जैसे क्षेत्र में हम जितना स्पेसिफिक होंगे जितनी टारगेटेड अप्रोच होगी ਉਤਨੇ ਹੀ ਬਿਹਤਰ ਪਰਨਾਮ ਮਿਲਣਗੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਪੀਐਮ ਵਿਸ਼ਕਰਮਾ ਯੋਜਨਾ ਰਾਹੀਂ ਕਰੋਨਾ ਲੋਕਾਂ ਨੂੰ ਵੱਡੀ ਮਦਦ ਮਿਲਣ ਜਾ ਰਹੀ ਹੈ ਤੇ ਹਰ ਵਿਸ਼ਕਰਮਾ ਸਾਥੀ ਨੂੰ ਕਰਜ਼ ਮਿਲੇ ਉਹਨਾਂ ਦਾ ਹੁਨਰ ਵਧੇ ਇਹ ਯਕੀਨੀ ਬਣਾਇਆ ਜਾਵੇਗਾ ਵਿਸ਼ਵਕਰਮਾ ਯੋਜਨਾ ਦੇ ਮਾਧਮ ਸੇ ਕਰੋੜੋਂ ਲੋਕਾਂ ਦੀ ਵੱਡੀ ਮਦਦ ਹੋਣੇ ਜਾ ਰਹੀ ਹੈ ਇਸ ਯੋਜਨਾ ਕੇ ਦੁਆਰਾ ਕੇਂਦਰ ਸਰਕਾਰ हर विश्वकर्मा साथी को होलिस्टिक इंस्टीट्यूशनल सपोर्ट प्रदान करेगी विश्वकर्मा साथियों को आसानी से लोन मिले उनका कौशल बढ़े उन्हें हर तरह का टेक्निकल सपोर्ट मिले यह सब सुनिश्चित किया जाएगा इसके अलावा डिजिटल एम्पावरमेंट ब्रांड प्रमोशन ਔਰ ਉਤਪਾਦੋਂ ਕੇ ਬਾਜ਼ਾਰ ਤੱਕ ਪਹੁੰਚ ਬਣਾਉਣੇ ਕੀ ਵਿਵਸਥਾ ਵੀ ਕੀ ਜਾਏਗੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਹ ਵਿਖਿਆ ਕਿ ਸਾਡਾ ਮੰਤਵ ਵਿਸ਼ਕਰਮਾ ਸਾਥੀਆਂ ਨੂੰ ਵੱਡਾ ਉਦਮੀ ਬਣਾਉਣਾ ਹੈ। ਇਸ ਲਈ ਉਹਨਾਂ ਦੇ ਬਿਜ਼ਨਸ ਮਾਡਲ ਵਿੱਚ ਸਥਾਈਪਨ ਦਾ ਹੋਣਾ ਬਹੁਤ ਜ਼ਰੂਰੀ ਹੈ। ਕੇਂਦਰੀ ਪੈਟਰੋਲੀਅਮ ਤੇ ਕੁਦਰਤੀ ਗੈਸ ਅਤੇ ਕਿਰਤ ਤੇ ਰੋਜ਼ਗਾਰ ਰਾਜ ਮੰਤਰੀ ਰਮੇਸ਼ਵਰ ਤੇਲੀ ਨੇ ਕੱਲ ਪਟਿਆਲਾ ਜ਼ਿਲ੍ਹੇ ਦੇ ਨਾਬਾ ਵਿਖੇ ਭਾਰਤੀ ਰੇਲ ਕਾਰਪੋਰੇਸ਼ਨ ਦੇ ਐਲ ਪੀ ਜੀ ਬੋਟਲਿੰਗ ਪਲਾਂਟ ਦਾ ਦੌਰਾ ਕੀਤਾ। ਉਹਨਾਂ ਅਧਿਕਾਰੀਆਂ, ਡਿਸਟ੍ਰੀਬਿਊਟਰਾਂ ਤੇ ਹੋਸਟੇਕ ਹੇਲਡਰਾਂ ਨਾਲ ਪਰਿਚਾਰਚਾ ਵਿੱਚ ਹਿੱਸਾ ਲਿਆ। ਪਲਾਂਟ ਦੇ ਅਧਿਕਾਰੀਆਂ ਨੇ ਕੇਂਦਰੀ ਰਾਜ ਮੰਤਰੀ ਦਾ ਨਿਗਾਸਵਾਗਤ ਕੀਤਾ ਤੇ ਉਹਨਾਂ ਨੂੰ ਪਲਾਂਟ ਦੀਆਂ ਗਤੀਵਿਧੀਆਂ ਤੋਂ ਜਾਣੂ ਕਰਵਾਇਆ। ਆਪਣੇ ਸੰਬੋਧਨ ਵਿੱਚ ਰਮੇਸ਼ਵਰ ਤੇਲੀ ਨੇ ਪੈਟਰੋਲੀਅਮ ਸਨਤ ਵਿੱਚ ਚੁੱਕੇ ਜਾ ਰਹੇ ਵੱਖ-ਵੱਖ ਕੰਮਾਂ ਦੀ ਜਾਣਕਾਰੀ ਦਿੱਤੀ। ਉਹਨਾਂ ਦਾ ਦੱਸਿਆ ਕਿ ਬਾਸ ਤੋਂ ਇਥਨੌਲ ਤਿਆਰ ਕਰਨ ਦਾ ਪ੍ਰੋਜੈਕਟ ਉੱਤਰ ਪੂਰਬੀ ਖੇਤਰ ਵਿੱਚ ਕੁਝ ਸਮਾਂ ਪਹਿਲਾਂ ਸ਼ੁਰੂ ਹੋ ਗਿਆ ਹੈ ਅਤੇ ਇਥਨੌਲ ਉਤਪਾਦਨ ਵਿੱਚ ਇਹ ਗੇਮ ਚੇਂਜਰ ਸਾਬਤ ਹੋਵੇਗਾ। ਦਿੱਲੀ ਦੇ ਕਥਿਤ ਸ਼ਰਾਬ ਘਟਾਲੇ ਅਤੇ ਮਨੀ ਲਾਂਡਰਿੰਗ ਨਾਲ ਜੁੜੇ ਮਾਮਲੇ ਵਿੱਚ ਤੇਲੰਗਾਨਾ ਦੇ ਮੁੱਖ ਮੰਤਰੀ ਚੰਦਰ ਸ਼ੇਖਰ Rao ਦੀ ਬੇਟੀ ਕੇ ਕਵਿਤਾ ਅੱਜ ਨਵੀਂ ਦਿੱਲੀ ਵਿੱਚ ED ਸਾਹਮਣੇ ਪੇਸ਼ ਹੋਈ। ਉਹਨਾਂ ਦਾ ਨਾਂ ਦਿੱਲੀ ਸ਼ਰਾਬ ਘਟਾਲੇ ਵਿੱਚ ਸਾਹਮਣੇ ਆਇਆ ਹੈ ਅਤੇ ਇਸੇ ਨੂੰ ਲੈ ਕੇ ED ਨੇ ਉਹਨਾਂ ਨੂੰ ਪੁੱਛਗਿੱਛ ਕਰਨ ਲਈ ਸੱਮਨ ਭੇਜਿਆ ਸੀ। ਐਡੀ ਦੇ ਅਧਿਕਾਰੀਆਂ ਨੇ ਇਸ ਘਟਾਲੇ ਬਾਰੇ ਕਵਿਤਾ ਤੋਂ ਪੁੱਛਗਿੱਛ ਕੀਤੀ। ਕੇਂਦਰ ਸਰਕਾਰ ਨੇ ਰਾ ਸਰਕਾਰਾਂ ਨੂੰ ਟੈਕਸ ਵੰਡ ਦੀ 14ਵੀਂ ਕਿਸ਼ਤ ਵਜੋਂ 1,40,318 ਕਰੋੜ ਰੁਪਏ ਜਾਰੀ ਕੀਤੇ ਨੇ। ਵਿੱਤ ਮੰਤਰਾਲੇ ਨੇ ਇੱਕ ਬਿਆਨ ਵਿੱਚ ਕਿਹਾ ਕਿ ਇਹ ਫੰਡ ਕੇਂਦਰ ਦੀ ਪੂੰਜੀ ਅਤੇ ਵਿਕਾਸ ਦੇ ਖਰਚਿਆਂ ਨੂੰ ਤੇਜ਼ ਕਰਨ ਲਈ ਰਾਜਾਂ ਦੀ ਆਰਥਿਕ ਸਥਿਤੀ ਮਜ਼ਬੂਤ ਕਰਨ ਲਈ ਵਚਨਬੱਧਤਾ ਦੇ ਅਨੁਸਾਰ ਇਹ ਕੇਂਦਰ ਵੱਲੋਂ ਇਕੱਤਰ ਕੀਤੇ ਗਏ ਟੈਕਸਾਂ ਦਾ 41% ਇੱਕ ਵਿੱਤੀ ਸਾਲ ਵਿੱਚ 14 ਕਿਸ਼ਤਾਂ ਵਿੱਚ ਰਾਜਾਂ ਨੂੰ ਵੰਡਿਆ ਜਾਂਦਾ ਹੈ। ਕੰਟਰੋਲਰ ਜਨਰਲ ਆਫ ਅਕਾਊਂਟਸ ਦੇ ਅੰਕੜਿਆਂ ਅਨੁਸਾਰ ਕੇਂਦਰ ਨੇ ਚਾਲੂ ਵਿੱਤੀ ਸਾਲ ਵਿੱਚ April ਤੋਂ January ਦੇ ਮਹੀਨਿਆਂ ਦੌਰਾਨ ਰਾਜਾਂ ਨੂੰ 6.68 ਕਰੋੜ ਰੁਪਏ ਵੰਡੇ ਨੇ ਜਿਹੜੇ ਪਿਛਲੇ ਸਾਲ ਦੇ ਮੁਕਾਬਲੇ 22.4% ਵਾਧੇ ਨੇ ਇਸ ਰਕਮ ਵਿੱਚ ਪੰਜਾਬ ਨੂੰ 2561 ਕਰੋੜ ਰੁਪਏ ਮਿਲੇ ਨੇ ਕੇਂਦਰ ਸਰਕਾਰ ਨੇ ਖਾਲਿਸਤਾਨ ਪੱਖੀ ਪ੍ਰਚਾਰ ਨੂੰ ਉਤਸ਼ਾਹਿਤ ਕਰਨ ਵਾਲੇ ਘੱਟੋ-ਘੱਟ 6 YouTube ਚੈਨਲਾਂ ਨੂੰ ਬਲਾਕ ਕਰ ਦਿੱਤਾ ਹੈ। ਸੂਚਨਾ ਤੇ ਪ੍ਰਸਾਰਣ ਸਕੱਤਰ ਅਪੂਰਵ ਜੰਤrana ਨੇ ਦੱਸਿਆ ਕਿ ਪਿਛਲੇ 10 ਦਿਨਾਂ ਦੌਰਾਨ ਵਿਦੇਸ਼ਾਂ ਤੋਂ ਸੰਚਾਲਿਤ ਕੀਤੇ ਜਾ ਰਹੇ 6 ਤੋਂ 8 YouTube ਚੈਨਲਾਂ ਨੂੰ ਬਲਾਕ ਕਰ ਦਿੱਤਾ ਗਿਆ ਹੈ ਕਿਉਂਕਿ ਇਹ ਚੈਨਲ ਪੰਜਾਬੀ ਭਾਸ਼ਾ ਵਿੱਚ ਸਮੱਗਰੀ ਨਾਲ ਸਰਹੱਦੀ ਸੂਬੇ ਪੰਜਾਬ ਦਾ ਮਾਹੌਲ ਖਰਾਬ ਕਰ ਰਹੇ ਸਨ। ਕੇਂਦਰ ਸਰਕਾਰ ਦੀ ਇਹ ਕਾਰਵਾਈ ਕੱਟੜਪੰਥੀ ਸਿੱਖ ਪ੍ਰਚਾਰਕ ਅਤੇ ਖਾਲਿਸਤਾਨੀ ਵਿਚਾਰਧਾਰਾ ਵਾਲੇ ਅਮ੍ਰਿਤਪਾਲ ਸਿੰਘ ਵੱਲੋਂ ਅਜਨਾਲਾ ਦੇ ਪੁਲ ਥਾਣੇ ਤੇ ਕੀਤੇ ਗਏ ਹਮਲੇ ਨੂੰ ਲੈ ਕੇ ਕੀਤੀ ਗਈ ਹੈ। ਅਪੂਰਵ ਚੰਦਰਾ ਨੇ ਕਿਹਾ ਕਿ ਸਰਕਾਰ ਨੇ YouTube ਨੂੰ ਆਰਟੀਫੀਸ਼ੀਅਲ ਇੰਟੈਲੀਜੈਂਸ ਅਤੇ ਐਲਗੋਰਿਦਮ ਦਾ ਇਸਤੇਮਾਲ ਕਰਨ ਲਈ ਵੀ ਕਿਹਾ ਹੈ ਤਾਂ ਜੋ ਇਤਰਾਜ਼ਯੋਗ ਸਮਗਰੀ ਦੀ ਪਛਾਣ ਕੀਤੀ ਜਾ ਸਕੇ ਅਤੇ ਉਸ ਨੂੰ ਬਲਾਕ ਕੀਤਾ ਜਾ ਸਕੇ। ਦੇਸ਼ ਵਿੱਚ ਕਣਕ ਅਤੇ ਆٹے ਦੀਆਂ ਕੀਮਤਾਂ ਕੰਟਰੋਲ ਹੇਠ ਲਿਆਉਣ ਲਈ ਸਰਕਾਰ ਦੀ ਪਹਿਲਕਦਮੀ ਤੇ ਭਾਰਤੀ ਖੁਰਾਕ ਨਿਗਮ ਵੱਲੋਂ ਕਣਕ ਦੀ ਹਫਤਾਵਰੀ ਈ ਨਿਲਾਮੀ ਤਹਿਤ ਪੰਜਵੀਂ ਈ ਨਿਲਾਮੀ ਕਰਵਾਈ ਗਈ। ਨਿਗਮ ਦੇ 23 ਖੇਤਰਾਂ ਵਿੱਚ ਸਥਿਤ 657 ਡੀਪੋਆਂ ਤੋਂ 11.88 ਲੱਖ ਟਨ ਕਣਕ ਵੇਚਣ ਦੀ ਪੇਸ਼ਕਸ਼ ਕੀਤੀ ਗਈ ਜਿਸ ਵਿੱਚੋਂ 5.39 ਲੱਖ ਟਨ ਕਣਕ 1248 ਬੋਲੀ ਦਤਾਵਾਂ ਨੂੰ ਵੇਚੀ ਗਈ ਨਿਗਮ ਅਨੁਸਾਰ ਹੁਣ 5ਵੀਂ ਈ ਨਿਲਾਮੀ ਤੋਂ ਬਾਅਦ ਕਣਕ ਦੀ ਕੁੱਲ ਵਿਕਰੀ 45 ਲੱਖ ਟਨ ਦੀ ਸਮੂੱਚੀ ਵਣ ਦੇ ਮੁਕਾਬਲੇ 28.86 ਲੱਖ ਟਨ ਤੱਕ ਪਹੁੰਚ ਗਈ ਹੈ ਅਗਲੀ ਈ ਨਿਲਾਮੀ 15 ਮਾਰਚ ਨੂੰ ਕੀਤੀ ਜਾਵੇਗੀ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਮੁਖ ਬੁਲਾਰੇ ਅਨਿਲ ਸਰੀਮ ਨੇ ਪੰਜਾਬ ਸਰਕਾਰ ਦੇ ਬਜਟ ਦੀ ਆਲੋਚਨਾ ਕਰਦਿਆਂ ਕਿਹਾ ਹੈ ਕਿ ਇਸ ਤੋਂ ਸਮਾਜ ਦੇ ਹਰ ਵਰਗ ਨੂੰ ਨਿਰਾਸ਼ਾ ਹੋਈ ਹੈ ਅਤੇ ਲੋਕ ਠੱਗਿਆ ਹੋਇਆ ਮਹਿਸੂਸ ਕਰ ਰਹੇ ਨੇ। ਪੰਜਾਬ ਸਰਕਾਰ ਨੇ ਆਪਣਾ ਬਜਟ ਪੇਸ਼ ਕੀਤਾ ਹੈ। ਇੱਕ ਵਾਰ ਹੀ ਫੇਰ ਧੋਖੇ ਔਰ ਫਰੇਵ ਦੀ ਰਾਜਨੀਤੀ ਖੇਟੀ ਗਈ ਹੈ। ਪੰਜਾਬ ਦੀ ਜਨਤਾ ਨੂੰ ਮੂਰਖ ਬਣਾਉਣ ਦਾ ਕੰਮ ਕੀਤਾ ਗਿਆ ਹੈ। ਸਮਾਜ ਦਾ ਹਰ ਵਰਗ ਚਾਹੇ ਗਰੀਬ ਹੋਵੇ ਕਿਸਾਨ ਹੋਵੇ ਮਜ਼ਦੂਰ ਹੋਵੇ ਵਪਾਰੀ ਹੋਵੇ ਕਰਮਚਾਰੀ ਹੋਵੇ ਸਾਡੀਆਂ ਪੈਣਾ ਹੋਣ ਹਰ ਬੰਦਾ ਆਪਣੇ ਆਪ ਨੂੰ ਠੱਗਿਆ ਮਹਿਸੂਸ ਕਰਦਾ ਹੈ ਸਾਡੀਆਂ ਪੈਣਾ ਉਡੀਕਦੀਆਂ ਨੇ ਕਿ ਸਾਨੂੰ 1000 ਰੁਪਏ ਮਹੀਨੇ ਦੇਣ ਦਾ ਵਾਅਦਾ ਕੀਤਾ ਸੀ ਉਹ ਪੂਰਾ ਕੀਤਾ ਜਾਏਗਾ ਕਿਸਾਨ ਇੰਤਜ਼ਾਰ ਚ ਸੀਗਾ ਕਿ ਮੇਰੀਆਂ ਫਸਲਾਂ ਨੂੰ ਐਮਐਸਪੀ ਚੱਕਣ ਦਾ ਜਿਹੜਾ ਵਾਅਦਾ ਕੀਤਾ ਸੀ ਉਹ ਉਹਦੇ ਬਾਰੇ ਕੋਈ ਅੱਜ ਪੜਦਾ ਕੀਤਾ ਜਾਏਗਾ ਕਰਜ਼ਾ ਮਾਫੀ ਦੀ ਗੱਲ ਕੀਤੀ ਸੀ ਉਹ ਕੀਤਾ ਜਾਏਗਾ ਸਾਡੇ ਕਰਮਚਾਰੀ ਇੰਤਜ਼ਾਰ ਕਰ ਰਹੇ ਸਨ ਕਿ ਇਸ ਬਜਟ ਦੇ ਵਿੱਚ 올ਡ ਪੈਨਸ਼ਨ ਸਕੀਮ ਲਾਗੂ ਕਰਨ ਦਾ ਐਲਾਨ ਕੀਤਾ ਜਾਏਗਾ ਉਹਦਾ ਪ੍ਰਬੰਧਨ ਕੀਤਾ ਜਾਏਗਾ ਬੁੜਾਪਾ ਪੈਨਸ਼ਨ ਔਰ ਵਿਧਵਾ ਪੈਨਸ਼ਨ ਦੇ ਵਿੱਚ ਬਰੋਤਰੀ ਦਾ ਇੰਤਜ਼ਾਰ ਸੀ ਲੋਕਾਂ ਨੂੰ ਲੇਕਿਨ ਇਹਦਾ ਕਿਤੇ ਵੀ ਬਜਟ ਦੇ ਵਿੱਚ ਕਿਤੇ ਜ਼ਿਕਰ ਨਹੀਂ ਹੈਗਾ ਹਰ ਵਿਅਕਤੀ ਆਪਣੇ ਆਪ ਨੂੰ ਠੱਗਿਆ ਜਾਂ ਮਹਿਸੂਸ ਕਰਦਾ ਹੈ। ਪੰਜਾਬ ਸਰਕਾਰ ਵੱਲੋਂ ਅਗਲੇ مالی ਵਰੇ 2023-24 ਲਈ ਕੱਲ ਪੇਸ਼ ਬਜਟ ਦੀ ਆਮ ਲੋਕਾਂ ਨੇ ਤਿੱਖੀ ਆਲੋਚਨਾ ਕੀਤੀ ਹੈ। ਬਠਿੰਡਾ ਵਿਖੇ ਦੂਰਦਰਸ਼ਨ ਦੇ ਨੁਮਾਇੰਦੇ ਅਮਰਿਤਪਾਲ ਸਿੰਘ ਨਾਲ ਗੱਲਬਾਤ ਕਰਦਿਆਂ ਸਮਾਜ ਦੇ ਵੱਖ-ਵੱਖ ਵਰਗਾਂ ਦੇ ਲੋਕਾਂ ਨੇ ਕਿਹਾ ਕਿ ਇਸ ਨਾਲ ਨਿਰਾਸ਼ਾ ਹੀ ਹੱਥ ਲੱਗੀ ਹੈ। ਬਜਟ ਇਹ ਪਸੰਦ ਨਹੀਂ ਆਇਆ ਕਿਉਂਕਿ ਜਦੋਂ ਪੰਜਾਬ ਸਰਕਾਰ ਵੋਟਾਂ ਮੰਗ ਰਹੀ ਸੀ ਉਦੋਂ ਉਹਨਾਂ ਨੇ ਵਾਅਦਾ ਕੀਤਾ ਸੀ ਕਿ ਮਹਿਲਾਵਾਂ ਦੇ ਅਕਾਊਂਟ ਵਿੱਚ ਅਸੀਂ 10000 ਰੁਪਏ ਸਰਕਾਰ ਬਣਦੇ ਸਾਰ ਹੀ ਪਾਵਾਂਗੇ ਪਰ ਸਰਕਾਰ ਬਣੇ ਨੂੰ 1 ਸਾਲ ਹੋ ਚੁੱਕੇ ਹਜੇ ਤੱਕ ਤਾਂ ਸਾਡੇ ਅਕਾਊਂਟ ਵਿੱਚ 1 ਰੁਪਿਆ ਵੀ ਨਹੀਂ ਆਇਆ ਹੈਗਾ ਜੀ ਤੇ ਉਹਨਾਂ ਨੇ ਕਿਹਾ ਸੀ ਪੜ੍ਹੇ ਲਿਖੇ ਬੱਚਿਆਂ ਨੂੰ ਅਸੀਂ ਨੌਕਰੀ ਦਵਾਂਗੇ ਮੈਂ ਐਮਏ ਬੀਏਡ ਕੀਤੀ ਹੋਈ ਐ ਤੇ ਹਲ ਮੈਂ ਬੇਰੋਜ਼ਗਾਰ ਹੈਗੀ ਆ ਜੀ ਪ੍ਰਾਈਵੇਟ ਸਕੂਲ ਚ 2-3000 ਰੁਪਏ ਚ ਜੌਬ ਕਰਦੀ ਆ ਜੀ ਮੈਨੂੰ ਜੌਬ ਦੀ ਬਹੁਤ ਜ਼ਿਆਦਾ ਜ਼ਰੂਰਤ ਐ ਮੈਂ 5-7 ਬੱਚੇ ਡੇਲੀ ਜਾ ਰਹੇ ਨੇ ਬਾਹਰਲੇ ਦੇਸ਼ ਪਰ ਉਹ ਸਰਕਾਰ ਨੇ ਇੱਥੇ ਨੌਕਰੀਆਂ ਦਾ ਕੋਈ ਇੰਤਜ਼ਾਮ ਨਹੀਂ ਕੀਤਾ ਜਿਸ ਦੇ ਕਰਕੇ ਬੱਚਿਆਂ ਨੂੰ ਬਾਹਰ ਜਾਣਾ ਪੈ ਰਿਹਾ ਐਸ ਵਿੱਚ ਸੱਚ ਵਿੱਚ ਹੀ ਲੋਕਾਂ ਦੀਆਂ ਉਮੀਦਾਂ ਤੇ ਇਹਨਾਂ ਨੇ ਝਾੜੂ ਫੇਰ ਦਿੱਤਾ ਐਸ ਬਜਟ ਵਿੱਚ ਨਾ ਤਾਂ ਕਿਸੇ ਵਪਾਰੀ ਨੂੰ ਕੋਈ ਸੁਰੱਖਿਆ ਦਿੱਤੀ ਗਈ ਨਾ ਹੀ ਕੋਈ ਵਪਾਰੀਆਂ ਵਾਸਤੇ ਕੋਈ ਟੈਕਸ ਵਿੱਚ ਰਾਹਤ ਦਿੱਤੀ ਗਈ ਨਹੀਂ ਇਹਨਾਂ ਨੇ ਕਿਸਾਨਾਂ ਵਾਸਤੇ ਵੀ ਜੋ ਕਹਿੰਦੇ ਸੀ ਅਸੀਂ ਇਹ ਕਰਾਂਗੇ ਉਹ ਕਰਾਂਗੇ ਲੇਕਿਨ ਉਹਨਾਂ ਵਾਸਤੇ ਜਿਹੜੇ ਖੁਦਕੁਸ਼ੀਆ ਕਰਦੇ ਕਿਸਾਨ ਨੇ ਉਹਨਾਂ ਵਾਸਤੇ ਕੋਈ ਕਰਜ਼ਾ ਮਾਫੀ ਦਾ ਕੋਈ ਐਲਾਨ ਕੀਤਾ ਇਹ ਬਜਟ ਸਿਰਫ ਇੱਕ ਖੋਖਲਾ ਕਾਗਜ਼ ਖੋਖਲਾ ਪਲਿੰਦਾ ਸਾਬਤ ਹੋ ਕੇ ਰਹਿ ਗਿਆ ਕਿਉਂਕਿ ਮਹਿਲਾਵਾਂ ਨੂੰ 1000 ਰੁਪਿਆ ਦੇਣ ਦੀ ਗੱਲ ਜੋ ਚ ਉਹਨਾਂ ਤੋਂ ਪਹਿਲਾਂ ਵੱਡੇ ਵੱਡੇ ਦਾਅਵੇ ਠੋਕੇ ਜਾਂਦੇ ਸੀ ਇੱਕ ਸਾਲ ਬੀਤਣ ਦੇ ਬਾਅਦ ਵੀ ਸਰਕਾਰ ਕੁਝ ਨਹੀਂ ਕਰ ਸਕੀ ਦੂਜੇ ਪਾਸੇ ਦੇਖਿਆ ਜਾਵੇ ਜੇ ਨੌਜਵਾਨੀ ਦੀ ਗੱਲ ਕਰੀਏ ਤਾਂ ਇਹ ਦਾ ਗੱਲ ਕਰ ਰਹੇ ਸੀ ਭਗਵੰਤ ਮਾਨ ਜੀ ਕਿ ਅਸੀਂ ਨੌਜਵਾਨਾਂ ਨੂੰ ਬਾਹਰ ਜਾਣ ਤੋਂ ਰੋਕਾਂਗੇ ਪਰ ਅੱਜ ਸਭ ਤੋਂ ਵੱਡੀ ਗਿਣਤੀ ਵਿੱਚ ਨੌਜਵਾਨ ਬਾਹਰ ਜਾ ਰਹੇ ਨੇ ਪੰਜਾਬ ਸਰਕਾਰ ਨੇ ਧੋਖਾ ਕੀਤਾ ਹੈ ਮਹਿਲਾਵਾਂ ਨਾਲ ਸਭ ਤੋਂ ਵੱਡਾ ਧੋਖਾ ਕੀਤਾ ਹੈ ਜਦੋਂ ਵੋਟਾਂ ਪੈਨੀਆਂ ਸੀ ਇਹਨਾਂ ਨੇ ਕਿਸ ਤਰ੍ਹਾਂ ਉਹਨਾਂ ਨੂੰ ਫਾਰਮ ਪਰ ਆਏ ਬੜੀ ਤੇਜ਼ੀ ਲਿਆਂਦੀ ਵੀ ਜਿਵੇਂ ਐ ਲੱਗਦਾ ਸੀ ਵੀ ਜਦੋਂ ਹੀ ਆਪ ਆਮ ਆਦਮੀ ਦੀ ਸਰਕਾਰ ਬਣਦੀ ਹੈ ਨਾਲ ਦੀ ਨਾਲ ਮਹਿਲਾਵਾਂ ਨੂੰ ਐ ਸੀ ਵੀ ਸਾਡੇ ਖਾਤਿਆਂ 'ਚ ਪੈਸੇ ਆਉਣਗੇ ਪਹਿਲੀ ਗੱਲ ਤਾਂ ਭਗਵੰਤ ਮਾਨ ਸਰਕਾਰ ਇਹ ਦੱਸੇ ਵੀ ਉਹ ਸਾਰੇ ਕਿੱਥੇ ਹਨ ਦੂਜੀ ਗੱਲ ਵੱਡਾ ਤੋਖਾ ਹੈ ਸਾਡੇ ਕਿਸਾਨਾਂ ਨਾਲ ਕਿਉਂਕਿ ਤੁਸੀਂ ਦੇਖੋ ਕਿਸਾਨਾਂ ਦੀ ਸਥਿਤੀ ਇੰਨੀ ਜ਼ਿਆਦਾ ਬੁਰੀ ਹੋਈ ਵੀ ਹੈ ਸੁਸਾਇਡ ਕਰੀ ਜਾਂਦੇ ਆ ਫੈਮਲੀਆਂ ਇੰਨੀਆਂ ਡਿਸਟਰਬ ਹੋਈਆਂ ਪਈਆਂ ਤਾਂ ਜਿਹੜੀ ਫਰਸਟ ਪ੍ਰਾਇੋਰਟੀ ਜਿਹੜੀ ਕਹਿੰਦੇ ਸੀ ਅਸੀਂ ਕਰਜੇ ਜਿਹੜਾ ਕਰਜੇ ਮਾਫ ਲਈ ਤੁਸੀਂ ਕੀ ਕੀਤਾ ਉਹਨਾਂ ਦੇ ਤੇ ਤੀਸਰੀ ਗੱਲ ਹੈ ਵਪਾਰੀਆਂ ਲਈ ਛੋਟੇ ਉਦੋਂਗਾਂ ਲਈ ਉਹਨਾਂ ਲਈ ਤੁਸੀਂ ਕੀ ਕੀਤਾ ਤੁਸੀਂ ਅਗਰ ਮੈਂ ਮਜ਼ਦੂਰਾਂ ਦੀ ਗੱਲ ਕਰਾਂ ਤਾਂ ਸਾਡੇ ਤਾਂ ਮਜ਼ਦੂਰ ਘਰ ਲਾਂਦੇ ਪਏ ਆ ਪਤਾ ਨਹੀਂ ਕਿੰਨੇ ਹੀ ਲੋਕ ਐ ਜਿਨ੍ਹਾਂ ਦੇ ਰਾਸ਼ਨ ਕਾਰਡ ਕੱਟੇ ਗਏ ਆ ਜਿਨ੍ਹਾਂ ਦਾ ਪਰਿਵਾਰ ਹੀ ਉਹਨਾਂ ਨਾਲ ਅਗਰ ਤੁਸੀਂ ਜਗਾ ਦੀ ਗੱਲ ਕਰਦੇ ਹੋ ਪਲਟ ਇੰਨੇ ਐ ਕੀ ਹੁਣ ਇਨਸਾਨ ਨੇ ਇਟਾਂ ਵੇਚ ਕੇ ਤਾਂ ਨਹੀਂ ਖਾਣੀਆਂ ਜੇ ਉਹਦੇ ਕੋਲ ਰੋਜ਼ਗਾਰ ਨਹੀਂ ਤਾਂ ਗੁਰਦਾਸਪੁਰ ਸਥਿਤ ਕੁੜੀਆਂ ਦੇ ਪੰਡਿਤ ਮੋਹਨ ਲਾਲ ਹੈਸਟੇ ਕਾਲਜ ਵਿਖੇ ਅੱਜ ਹੋਏ ਡਿਗਰੀ ਵਨ ਸਮਾਗਮ ਦੌਰਾਨ ਜੀਜੀ ਡੀਐਸਡੀ ਕਾਲਜ ਸੁਸਾਇਟੀ ਚੰਡੀਗੜ੍ਹ ਦੀ ਪ੍ਰੈਜ਼ੀਡੈਂਟ ਵਿਸ਼ਾਲੀ ਸ਼ਰਮਾ ਨੇ ਵਿਦਿਆਰਥੀਆਂ ਨੂੰ ਡਿਗਰੀਆਂ ਵੰਡੀਆਂ ਇਸ ਸਮਾਗਮ ਵਿੱਚ ਬੀਐਸਸੀ BCA, B.Com, MA ਪੰਜਾਬੀ ਅਤੇ MSc ਕੰਪਿਊਟਰ ਸਾਇੰਸ ਸਮੇਤ ਹੋਰਨਾਂ ਵਿਸ਼ਿਆਂ ਦੇ ਤਕਰੀਬਨ 400 ਵਿਦਿਆਰਥੀਆਂ ਨੂੰ ਡਿਗਰੀਆਂ ਵੰਡੀਆਂ ਗਿਆ। ਕਾਲਜ ਦੀ ਪ੍ਰਿੰਸੀਪਲ ਨੀਰੂ ਸ਼ਰਮਾ ਨੇ ਡਿਗਰੀ ਹਾਸਲ ਕਰਨ ਵਾਲੀਆਂ ਵਿਦਿਆਰਥਣਾਂ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਦੇ ਬਿਹਤਰ ਜੀਵਨ ਦੀ ਦੁਆ ਕੀਤੀ। ਡਿਗਰੀ ਹਾਸਲ ਕਰਨ ਵਾਲੀਆਂ ਵਿਦਿਆਰਥਣਾਂ ਨੇ ਕਿਹਾ ਕਿ ਡਿਗਰੀ ਹਾਸਲ ਕਰਨ ਮਗਰੋਂ ਉਹ ਬੇਹੱਦ ਮਾਣ ਮਹਿਸੂਸ ਕਰ ਰਹੀਆਂ ਨੇ। ਉਨ੍ਹਾਂ ਆਉਣ ਵਾਲੇ ਸਮੇਂ ਵਿੱਚ ਆਪਣੇ ਕਾਲਜ ਦਾ ਨਾਮ ਰੋਸ਼ਨ ਕਰਨ ਅਤੇ ਸਮਾਜ ਵਿੱਚ ਚੰਗਾ ਯੋਗਦਾਨ ਦੇਣ ਦੀ ਗੱਲ ਆਖੀ। ਪੰਜਾਬ ਸਰਕਾਰ ਨੇ ਮੈਲਾ ਕਮਿਸ਼ਨ ਦੀ ਚੇਅਰਪਰਸਨ ਮਨੀਸ਼ਾ ਗੁਲਾਰਟੀ ਨੂੰ ਤਤਕਾਲ ਪ੍ਰਭਾਵ ਤੋਂ ਅਹੁਦੇ ਤੋਂ ਹਟਾ ਦਿੱਤਾ ਹੈ। ਉਹਨਾਂ ਨੂੰ ਪਿਛਲੀ ਕਾਂਗਰਸ ਸਰਕਾਰ ਨੇ ਐਕਸਟੈਂਸ਼ਨ ਦਿੱਤੀ ਸੀ ਪਰ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਕੁਝ ਸਮਾਂ ਪਹਿਲਾਂ ਇਸ ਐਕਸਟੈਂਸ਼ਨ ਨੂੰ ਰੱਦ ਕਰ ਦਿੱਤਾ ਸੀ। ਇਸ ਤੇ ਮਨੀਸ਼ਾ ਗੁਲਾਰਟੀ ਨੇ ਹਾਈ ਕੋਰਟ ਵਿੱਚ ਪਟੀਸ਼ਨ ਦਾਖਲ ਕੀਤੀ ਸੀ ਜਿਸ ਤੇ ਸੂਬਾ ਸਰਕਾਰ ਨੂੰ ਆਪਣਾ ਫੈਸਲਾ ਵਾਪਸ ਲੈਣਾ ਪਿਆ ਸੀ ਪਰ ਹੁਣ ਸਰਕਾਰ ਨੇ ਉਹਨਾਂ ਨੂੰ ਹਟਾਉਣ ਸੰਬੰਧੀ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ। ਇਹ ਨੋਟੀਫਿਕੇਸ਼ਨ ਸੂਬੇ ਦੇ ਵਿਧੀਗ ਮੁਖ ਸਕੱਤਰ ਕਿਰਪਾ ਸ਼ੰਕਰ ਸਰੋਜ ਵੱਲੋਂ ਜਾਰੀ ਕੀਤਾ ਗਿਆ ਹੈ। ਭਾਰਤ ਪਾਕਿਸਤਾਨ ਕੋਮਾਂਤਰੀ ਸਰਹੱਦ ਤੇ ਸੀਮਾ ਸੁਰੱਖਿਆ ਬਲ ਦੇ ਜਵਾਨਾਂ ਨੇ ਅੰਮ੍ਰਿਤਸਰ ਸੈਕਟਰ ਵਿੱਚ ਪੈਂਦੇ ਪਿੰਡ ਤਨੋਏ ਕਲਾ ਵਿੱਚ ਪਾਕਿਸਤਾਨ ਤੋਂ ਆਏ ਇੱਕ ਡਰੋਨ ਰਾਹੀਂ ਸੁੱਟੀ ਗਈ 3 ਕਿਲੋ ਤੋਂ ਵੱਧ ਹੈਰੋਇਨ ਬਰਾਮਦ ਕੀਤੀ ਹੈ ਬਲ ਦੇ ਇੱਕ ਬੁਲਾਰੇ ਨੇ ਅੱਜ ਜਲੰਧਰ ਵਿੱਚ ਦੱਸਿਆ ਕਿ ਡਰੋਨ ਦੀ ਆਵਾਜ਼ ਸੁਣ ਕੇ ਜਵਾਨਾਂ ਨੇ ਉਸ ਵੱਲ ਫਾਇਰਿੰਗ ਕੀਤੀ ਡਰੋਨ ਤੋਂ ਖੇਤਾਂ ਵਿੱਚ ਸੁੱਟੀ ਗਈ ਚੀਜ਼ ਦੀ ਆਵਾਜ਼ ਸੁਣ ਕੇ ਜਵਾਨਾਂ ਨੇ ਇਲਾਕੇ ਦੀ ਤਲਾਸ਼ੀ ਲਈ ਤਾਂ ਨਸ਼ੀਲੇ ਪਦਾਰਥਾਂ ਦੇ ਤਿੰਨ ਪੈਕੇਟ ਬਰਾਮਦ ਹੋਏ ਜਿਨ੍ਹਾਂ ਵਿੱਚ 3 ਕਿਲੋ ਤੋਂ ਵੱਧ ਹੈਰੋਇਨ ਸੀ ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਅਹਮਦਾਬਾਦ ਵਿਖੇ ਖੇਡੇ ਜਾ ਰਹੇ ਚੌਥੇ ਕ੍ਰਿਕਟ ਟੈਸਟ ਮੈਚ ਦੇ ਅੱਜ ਤੀਜੇ ਦਿਨ ਭਾਰਤ ਨੇ ਆਸਟ੍ਰੇਲੀਆ ਦੀਆਂ 480 ਦੌੜਾਂ ਦੇ ਜਵਾਬ ਵਿੱਚ 3 ਵਿਕਟ ਪਿੱਛੇ 299 ਦੌੜਾਂ ਬਣਾ ਲਈਆਂ ਨੇ ਭਾਰਤੀ ਟੀਮ ਆਸਟ੍ਰੇਲੀਆ ਤੋਂ ਹਾਲੇ 191 ਦੌੜਾਂ ਪਿੱਛੇ ਪਰ ਫਾਲੋਅ-ਆਨ ਨੂੰ ਟੀਮ ਇੰਡੀਆ ਨੇ ਬਚਾ ਲਿਆ ਹੈ ਖੇਡ ਖਤਮ ਹੋਣ ਸਮੇਂ ਤੱਕ ਵਿਰਾਟ ਕੋਹਲੀ 59 ਤੇ ਰਵਿੰਦਰ ਜੜੇਜਾ 16 ਦੌੜਾਂ ਬਣਾ ਕੇ ਖੇਡ ਰਹੇ ਸਨ ਇਸ ਤੋਂ ਪਹਿਲਾਂ ਸ਼ੁਮਨ ਗਿੱਲ ਨੇ 128 ਦੌੜਾਂ ਬਣਾ ਕੇ ਇਸ ਸਾਲ ਦਾ ਆਪਣਾ ਪੰਜਵਾਂ ਕੋਮਾਂਤਰੀ ਸੈਂਕੜਾ ਬਣਾਇਆ ਕਪਨਾ ਦੇ ਬੁਲੇਟਨ ਸਾਡੇ ਦਰਸ਼ਕ ਆਰਐਨਯੂ ਡੀਡੀ ਦੇ ਜਲੰਧਰ ਦੇ YouTube ਚੈਨਲ Facebook ਪੇਜ ਅਤੇ Twitter ਹੈਂਡਲਪੇ ਵੀ ਦੇ ਸਕਦੇ ਨੇ ਬੁਲੇਟਨ ਦੇ ਅਖੀਰ ਵਿੱਚ ਹੋਣੀਆਂ ਖਬਰਾਂ ਇੱਕ ਵਾਰ ਫਿਰ ਤੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਨੁਸਾਰ ਹੁਨਰਮੰਦ ਕਾਰੀਗਰ ਆਤਮ ਨਿਰਭਰਤਾ ਦੀ ਸੱਚੀ ਭਾਵਨਾ ਦੇ ਪ੍ਰਤੀਕ ਨੇ ਕੇਂਦਰ ਸਰਕਾਰ ਨੇ ਰਾਜ ਸਰਕਾਰਾਂ ਨੂੰ ਟੈਕਸ ਵੰਡ ਦੀ 14ਵੀਂ ਕਿਸ਼ਤ ਵਜੋਂ 1,40,318 ਕਰੋੜ ਰੁਪਏ ਕਿਤੇ ਜਾਰੀ। ਪੰਜਾਬ ਨੂੰ 2,561 ਕਰੋੜ ਰੁਪਏ ਮਿਲੇ। ਸੰਗਠਨ ਸਰਕਾਰ ਵੱਲੋਂ ਪੇਸ਼ ਬਜਟ ਦੀ ਸਮਾਜ ਦੇ ਵੱਖ-ਵੱਖ ਵਰਗਾਂ ਦੇ ਲੋਕਾਂ ਨੇ ਕੀਤੀ ਆਲੋਚਨਾ। ਹੰਰੀ ਸਰ ਸੈਕਟਰ ਵਿੱਚ ਕਮਾਂਦਰੀ ਸਰ ਹੱਦ ਤੇ ਸੀਮਾ ਸੁਰੱਖਿਆ ਬਲ ਨੇ ਹੈਰੋਇਨ ਦੇ 10 ਪੈਕੇਟ ਫੜੇ। ਇਸ ਦਿਨ ਆਲੀ ਖਬਰਾਂ ਦਾ ਬੁਲੇਟਿਨ ਖਤਮ ਹੁੰਦਾ ਹੈ ਇਜਾਜ਼ਤ ਦਿਓ ਨਮਸਕਾਰ